ਰੋਕਿੰਗ ਰਹਿਣਾ ਟ੍ਰਸਟ। ਦੋਸਤੋ ਮੈਂ ਆਪ ਸਭੀ ਕੀ ਦੋਸਤ ਜਗਵਿੰਦਰ ਕੌਰ ਫਰੋਮ ਪੰਜਾਬ ਪਟਿਆਲਾ ਸੇ। ਅੱਜ ਹਮ ਬਹੁਤ ਹੀ ਜ਼ਬਰਦਸਤ ਇੱਕ ਰਿਜ਼ਲਟ ਲੈ ਕੇ ਆਏ ਹੈ। ਮੇਰੇ ਸਾਥ ਹੈ ਗੁਰਦੇਵ ਸਿੰਘ ਜੀ, ਜੇ ਖੁਦ ਬਤਾਏ ਗਏ ਕਿ ਇਨਕੋ ਜੇ ਫੂਡ ਸਪਲੀਮੈਂਟ ਲੈਣੇ ਸੇ ਕਿਆ ਫਾਇਦਾ ਹੁਆ ਹੈ। ਸਰ ਆਪਣਾ ਨਾਮ ਬਤਾਈਏ ਪਲੀਜ਼। ਮੇਰਾ ਨਾਮ ਗੁਰਦੇਵ ਸਿੰਘ ਚੀਮਾ, ਫਰੋਮ ਪੰਜਾਬ ਪਟਿਆਲਾ ਸੇ। ਮੈਂ ਪਟਿਆਲਾ ਕਾ ਰਹਿਣੇ ਵਾਲਾ ਹੂੰ। ਮੈਂ ਆਪਕੋ ਦੋਸਤੋ ਬਤਾ ਦੂੰ, ਪਿਛਲੇ ਪਾਂਚ ਸਾਲ ਸੇ ਮੈਂ ਸਰਵਾਈਕਲ ਸੇ ਬਹੁਤ ਜ਼ਿਆਦਾ ਪੀੜਿਤ ਸੀਗਾ। ਤਾਂ ਉਸ ਤੋਂ ਬਾਅਦ ਮੈਂ ਡਾਕਟਰੀ ਇਲਾਜ ਵੀ ਕਰਾਇਆ, ਪਰ ਮੈਨੂੰ ਦਵਾਈ ਖਾਣ ਤੱਕ ਠੀਕ ਰਹਿੰਦੇ ਸੀ, ਬਟ ਫਿਰ ਵੀ ਉੱਦਾਂ ਹੀ। ਉਸ ਤੋਂ ਬਾਅਦ ਜਗਵਿੰਦਰ ਮੈਮ ਨੇ ਸਾਨੂੰ ਇਹ ਸੈਪਲੀਮੈਂਟ ਬਾਰੇ ਦੱਸਿਆ, ਸਮਝਾਇਆ। ਪਹਿਲਾਂ ਤਾਂ ਮੈਂ ਯਕੀਨ ਨਹੀਂ ਕੀਤਾ, ਉਸ ਤੋਂ ਬਾਅਦ ਫਿਰ ਮੈਨੂੰ ਇਹ ਸਪਲੀਮੈਂਟ ਖਾਣ ਦੀ ਖਾਧਾ ਮੈਂ 3 ਮਹੀਨੇ। 3 ਮਹੀਨੇ ਦੇ ਵਿੱਚ ਦੋਸਤੋ ਮੈਨੂੰ 100% ਇਸ ਚੀਜ਼ ਦੇ ਉੱਤੇ ਯਕੀਨ ਔਰ ਵਿਸ਼ਵਾਸ ਹੋ ਗਿਆ ਕਿ ਮੈਂ ਬਹੁਤ ਹੀ ਜ਼ਿਆਦਾ ਹੁਣ ਮੈਨੂੰ ਫਰਕ ਹੈ ਇਸ ਚੀਜ਼ ਦਾ, 100% ਫਰਕ ਹੈ ਦੋਸਤੋ ਮੈਨੂੰ। ਸਰ ਇਸ ਫੂਡ ਸਪਲੀਮੈਂਟ ਬਾਰੇ ਤੁਸੀਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ, ਆਪਣੀਆਂ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ, ਭਰਾਵਾਂ ਨੂੰ, ਕਿ ਇਹ ਸਾਰੇ ਬੰਦੇ ਖਾਣ। ਇਸ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੁਸੀਂ ਖਾ ਸਕਦੇ ਹੋ, ਤੁਹਾਡੀਆਂ ਕਈ ਬਿਮਾਰੀਆਂ ਦੂਰ ਹੋਣਗੀਆਂ। ਮੈਨੂੰ ਤਾਂ ਇਹ ਲੱਗ ਰਿਹਾ, ਕੱਲ੍ਹ ਮੈਂ ਸ਼ੀਸ਼ੇ ਅੱਗੇ ਖੜਾ ਸੀਗਾ, ਮੇਰੇ ਵਾਲ ਵੀ ਆਉਣੇ ਸ਼ੁਰੂ ਹੋ ਗਏ। ਥੈਂਕ ਯੂ, ਥੈਂਕ ਯੂ। ਰੋਕਿੰਗ ਰਹਿਣਾ ਟਾਸ।